ਬੀਤੇ ਦਿਨੀ ਐਨਜੀਟੀ ਵੱਲੋਂ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਜੁਰਮਾਨਾ ਲਗਾਇਆ ਗਿਆ, ਜਿਹਦੇ ਵਿੱਚ ਪਿਛਲੇ 6 ਮਹੀਨੇ ਤੋਂ ਕੂੜੇ ਦੀ ਲਿਫਟਿੰਗ ਨਾ ਹੋਣ ਦੇ ਚਲਦਿਆਂ ਇਹ ਜੁਰਮਾਨਾ ਹੋਇਆ। ਤਾਂ ਇਸੇ ਨੂੰ ਲੈ ਕੇ ਹੁਣ ਲੁਧਿਆਣੇ ਦੀ ਸਿਆਸਤ ਵੀ ਗਰਮਾ ਗਈ ਹੈ। ਜੇਕਰ ਸੱਤਾਧਾਰੀ ਪਾਰਟੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਗੱਲ ਕਰੀਏ, ਉਹਨਾਂ ਤਰਕ ਦਿੱਤਾ ਕੂੜੇ ਦੀ ਸਮੱਸਿਆ ਲਈ ਕੰਪੈਕਟਰ ਲਗਾਏ ਜਾ ਰਹੇ ਨੇ, ਤੇਜ਼ੀ ਨਾਲ ਕੰਮ ਚੱਲ ਰਿਹਾ। ਹਾਲਾਂਕਿ ਉਹਨਾਂ ਟੈਂਡਰ ਨੂੰ ਲੈ ਕੇ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਵੀ ਨੌਲੇਜ ਨਹੀਂ ਹੈ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਦੇਖੋ, ਬੁੱਢੇ ਨਾਲੇ ਦਾ ਬਹੁਤ ਵੱਡਾ ਇੱਕ ਪੰਜਾਬ ਦੀ ਲੁਧਿਆਣੇ ਦੀ ਜਨਤਾ ਸੰਤਾਪ ਭੁਗਤ ਰਹੀ ਹੈ। ਪਤਾ ਨਹੀਂ ਕਿੰਨੇ ਕਰੋੜਾਂ ਰੁਪਏ ਇਹਨਾਂ ਨੇ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਬਣਾ ਲਿਆ ਬੁੱਢੇ ਨਾਲੇ ਨੂੰ। ਕਿੰਨੇ ਕਰੋੜਾਂ ਰੁਪਏ ਪਹਿਲਾਂ ਖਾਧੇ ਗਏ, 650 ਕਰੋੜ ਰੁਪਇਆ ਪਿਛਲੇ ਦਿਨਾਂ ਤੋਂ ਉੱਥੇ ਲੱਗ ਰਿਹਾ। ਅੱਜ ਇਹ ਉਹਦੀ ਸੀ ਬੇ ਇਨਕੁਆਇਰੀ ਦੀ ਮੰਗ ਕਰ ਰਹੇ ਨੇ। ਉਦੋਂ ਵੀ ਸਰਕਾਰ, ਅੱਜ ਜਿੰਨੇ ਇਹ MLA ਨੇ, ਇਹ ਸਾਰੇ ਜਦੋਂ ਪਹਿਲਾਂ ਜਿਹੜੀ ਸਰਕਾਰ ਸੀ ਉਹਦਾ ਵੀ ਹਿੱਸਾ ਇਹ ਰਹੇ ਨੇ, ਅੱਜ ਇਹ ਦੂਜੀ ਪਾਰਟੀ ਤੋਂ MLA ਬਣ ਗਏ ਨੇ, ਹੁਣ CBI ਇਨਕੁਆਇਰੀ ਕਰਨਗੇ। ਕਰਨੀ ਚਾਹੀਦੀ ਆ, ਪਰ ਉਹ ਪੈਸਾ ਕਿੱਥੇ ਲੱਗਿਆ, ਇਹਨਾਂ ਦੀ ਜ਼ਿੰਮੇਵਾਰੀ ਕੀ ਸੀ? 2.5 ਸਾਲ ਤਾਂ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ, ਹਜੇ ਤਾਂ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਫਿਰ ਯਾਦ ਆਊਗਾ। ਅਰੇ ਉਹ ਬੁੱਢੇ ਨਾਲੇ 'ਤੇ, ਉਨੀ ਬੁੱਢੇ ਦੇ ਨਾਲੇ ਦੇ ਆਲੇ ਦੁਆਲੇ ਸੜਕਾਂ ਬਣਾ ਕੇ ਜਾਂ ਕੋਈ ਦੀਵਾਰ ਕਰਕੇ ਸੁਰੱਖਿਆ ਦਾ ਕੰਮ ਨਹੀਂ ਹੋਇਆ, ਜਿੰਨੇ ਉੱਥੇ ਉਦਘਾਟਨੀ ਪੱਥਰ ਲੱਗੇ ਹੋਏ ਨੇ, ਉਹ ਉਦਘਾਟਨੀ ਪੱਥਰ ਇਹਨਾਂ MLAਆਂ ਦੇ ਵਿੱਚੋਂ ਹੀ, ਕਦੇ ਕੋਈ ਮੰਤਰੀ ਨੇ ਕਿਸੇ ਨੂੰ ਬੁਲਾ ਕੇ, ਕਦੇ ਦੂਜੇ MLA ਨੇ ਮੰਤਰੀ ਨੂੰ ਬੁਲਾ ਲਿਆ, ਕਦੇ ਮੌਜੂਦਾ ਮੰਤਰੀ ਆ ਗਿਆ। ਸੋ ਇਹ ਪੰਜਾਬ ਦੀ ਜਨਤਾ ਨੂੰ ਦੇਣ ਕੀ ਦੇ ਰਹੇ ਨੇ ਭਾਜਪਾ? ਇਹ ਜਿਹੜਾ ਜੁਰਮਾਨਾ, ਇਹ ਸਿੱਧਾ ਸਿੱਧਾ ਮੈਂ ਸਮਝਦਾ ਪੰਜਾਬ ਦੀ ਜਨਤਾ ਦੇ ਉੱਤੇ ਆ। ਇਹਨਾਂ ਦੀ ਨਾ ਤਜਰਬੇਕਾਰੀ ਨੂੰ, ਇਹਨਾਂ ਦੀ ਗੈਰ ਜ਼ਿੰਮੇਦਾਰਨਾ ਢੰਗ ਦੇ ਨਾਲ ਚਲਾਈ ਜਾ ਰਹੀ ਸਰਕਾਰ ਨੂੰ ਦਾ ਖਮਿਆਜਾ ਕੌਣ ਭੁਗਤ ਰਹੀ ਆ? ਪੰਜਾਬ ਦੀ ਜਨਤਾ ਪਿਸ ਰਹੀ ਆ। ਇੱਕ ਇਕੱਲਾ NDTD ਦੇ ਜੁਰਮਾਨਿਆਂ ਦਾ ਜ਼ਿਕਰ ਨਹੀਂ ਹੈ, ਇਹਦੇ ਨਾਲ ਨਾਲ ਜਿੰਨੇ ਹੋਰ ਵੀ ਪੰਜਾਬ ਦੇ ਵਿੱਚ ਜਿੰਨੇ ਕੰਮ ਆ, ਜਿੰਨੀਆਂ ਇਹਨਾਂ ਨੇ ਗੱਲਾਂ ਕੀਤੀਆਂ ਸੀ, ਉਹ ਸਾਰੀਆਂ ਗੱਲਾਂ ਦਾ ਸੰਤਾਪ ਅਸੀਂ ਭੁਗਤ ਰਹੇ ਹਾਂ। ਉਹ ਪੜਦਾ ਪੜਦਾ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਨੇ। ਅੱਜ ਇਹ ਜੁਰਮਾਨਾ ਅੱਜ 1000 ਕਰੋੜ ਦਾ ਹੋਇਆ, ਪਿਛਲੇ ਦਿਨ ਇਹ 2000 ਕਰੋੜ ਤੋਂ ਪਹਿਲਾਂ ਦਾ ਇਹ ਜੁਰਮਾਨਾ ਸਾਡੇ ਦੇ ਪਹਿਲਾਂ ਪਿਆ, ਉਹ ਵੀ ਸਰਕਾਰ ਨੇ ਕਰਜ਼ੇ ਚੱਕ ਕੇ ਮੋੜਿਆ। ਉਹ ਕਰਜ਼ਾ ਕਿਹਦੇ 'ਤੇ ਪਿਆ? ਪੰਜਾਬ ਦੀ ਭੋਲੀ ਭਾਲੀ ਜਨਤਾ ਨੇ ਉਹ ਕਰਜ਼ਾ ਦੇ ਕੇ ਉਹ ਵੀ ਭੁਗਤਿਆ। ਅੱਜ ਅਗਰ NHI ਦੇ ਪ੍ਰੋਜੈਕਟ ਰੱਦ ਹੋਏ ਨੇ, ਹੋ ਰਹੇ ਨੇ, ਜਿਹੜੇ ਸਿੱਧਾ ਸਿੱਧਾ ਪੰਜਾਬ ਨੂੰ ਅੱਗੇ ਵਧਾਉਣ 'ਚ, ਪੰਜਾਬ ਨੂੰ ਡਿਵੈਲਪਮੈਂਟ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਨੇ, ਅਗਰ ਉਹ ਪ੍ਰੋਜੈਕਟ ਰੱਦ ਹੋ ਰਹੇ ਨੇ, ਤਾਂ ਉਹਦੇ ਵਿੱਚ ਪੰਜਾਬ ਸਰਕਾਰ ਦੀ ਕਿੱਡੀ ਵੱਡੀ ਨਲਾਇਕੀ ਉਜਾਗਰ ਹੋ ਰਹੀ ਆ। ਮੈਂ ਨਹੀਂ ਚਾਹੂੰਗਾ ਕਿ ਮੇਰਾ ਪ੍ਰਦੇਸ਼, ਮੇਰਾ ਸ਼ਹਿਰ ਡਿਵੈਲਪ ਹੋਵੇ ਜਲਦੀ ਤੋਂ ਜਲਦੀ, ਔਰ ਦੂਸਰੇ ਪਾਸੇ ਮੈਂ ਉੱਥੇ NHI ਦੇ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਹੁੰਦੀ, ਅਸੀਂ FIR ਦਰਜ ਕਰਕੇ ਕਹਿੰਦੇ ਹਾਂ ਪੰਜਾਬ ਸਰਕਾਰ ਨੇ ਆਪਣਾ ਕੰਮ ਕਰਤਾ। ਕੀ ਪੰਜਾਬ ਸਰਕਾਰ ਦਾ ਇੰਨਾ ਹੀ ਕੰਮ ਆ? ਔਰ ਸਾਡੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਜੀ ਨੇ ਇਹਦੇ ਖਿਲਾਫ਼ ਬਿਆਨ ਦਿੱਤਾ ਕਿ ਪੰਜਾਬ 'ਚ ਅਮਨ ਸ਼ਾਂਤੀ ਦੇ ਨਾਂ 'ਤੇ, ਸੁਰੱਖਿਆ ਦੇ ਨਾਂ 'ਤੇ ਸਰਕਾਰ ਕੁਛ ਨਹੀਂ ਕਰ ਰਹੀ। ਸੋ ਇਹ ਗੱਲ ਦਾ ਬਹੁਤ ਵੱਡਾ ਮਤਲਬ ਆ, ਇਹ ਪੰਜਾਬ ਦੀ ਜਨਤਾ ਨੂੰ ਅਸੀਂ ਕਿੱਥੇ ਲੈ ਕੇ ਜਾ ਰਹੇ ਹਾਂ। ਬੜੀ ਇੱਕ ਅਫਸੋਸਨਾਕ ਗੱਲ ਆ, ਸਾਨੂੰ ਸਮਾਰਟ ਸਿਟੀ 'ਚ 1000 ਕਰੋੜ ਮਿਲੇ ਆ, ਉਹਦੇ 'ਚ ਜਿਹੜੇ 60-70 ਪ੍ਰੋਜੈਕਟ ਸੀਗੇ, ਉਹਨਾਂ 'ਚੋਂ 2/3 ਪ੍ਰੋਜੈਕਟ ਪੂਰੇ ਹੋਏ, 1/3 ਪ੍ਰੋਜੈਕਟ ਹਜੇ ਅਧੂਰੇ ਪਏ ਨੇ, ਜਿਹੜੇ ਅੱਜ ਤੋਂ 3 ਸਾਲ ਪਹਿਲਾਂ, 4.5 ਸਾਲ ਪਹਿਲਾਂ ਪੂਰੇ ਹੋ ਜਾਣੇ ਸੀ। ਔਰ ਹੁਣ ਵੀ ਸਰਕਾਰ ਕੇਂਦਰ ਸਰਕਾਰ ਤੋਂ ਬਾਕੀ ਪ੍ਰੋਜੈਕਟ ਪੂਰੇ ਕਰਨ ਦੇ ਲਈ ਸਮਾਂ ਮੰਗ ਰਹੀ ਆ, 2 ਸਾਲ ਦਾ ਹੋਰ ਸਮਾਂ ਮੰਗ ਲਿਆ। ਕੀ ਮਤਲਬ,
ਉਹ ਪੈਸਾ ਜਿਹੜਾ 1,000 ਕਰੋੜ ਆਇਆ ਹੋਇਆ ਉਹ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਚਲਾਤਾ, ਉਹ ਪ੍ਰੋਜੈਕਟ ਲੁਧਿਆਣੇ ਦੇ ਉੱਤੇ ਅਧੂਰੇ ਲਟਕ ਰਹੇ ਨੇ। ਇਹਨਾਂ ਨੂੰ ਜਿੱਦਣ ਇਹਨਾਂ ਦਾ ਹਿਸਾਬ ਹੋਣਾ ਮੈਨੂੰ ਤਾਂ ਲੱਗਦਾ ਉਹਦੇ ਵੀ ਜੁਰਮਾਨੇ ਪੈ ਜਾਣੇ ਨੇ। ਇਹ ਸਮਾਰਟ ਸਿਟੀ ਬਣਾਉਣਾ ਤਾਂ ਦੂਰ ਦੀ ਗੱਲ, ਉਹ ਪੈਸਾ ਕਿੱਥੇ ਲੱਗਿਆ, ਅਸੀਂ ਪ੍ਰੋਜੈਕਟ ਸਮੇਂ ਤੇ ਕਿਉਂ ਨਹੀਂ ਪੂਰੇ ਕਰਾ ਰਹੇ, ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗਦਾ। ਸਰਕਾਰ ਦੀ ਸੋਚ, ਸਰਕਾਰ ਦੀ ਸਮਝ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਲਗਾਉਂਦਾ ਵੀ ਇਹ ਬਿਲਕੁਲ ਨਾ ਤਜਰਬੇਕਾਰਾਂ ਦੀ, ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ, ਜਿਹੜੇ ਪਬਲਿਕ ਦੇ ਹਿੱਤਾਂ ਦੇ ਨਾਲ ਡਾਕਾ ਮਾਰ ਰਹੇ ਨੇ ਔਰ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਕਰਕੇ ਸਰਕਾਰ ਚਲਾ ਰਹੇ ਨੇ। ਬਿਲਕੁਲ, ਅਸੀਂ ਪਿਛਲੇ ਦਿਨੀ ਸਾਡੀ ਪਾਰਟੀ ਵੱਲੋਂ ਇੱਕ ਮੁਹਿੰਮ ਚਲਾਈ ਗਈ ਅਲੱਗ ਅਲੱਗ ਵਾਰਡਾਂ 'ਚ, ਅਸੀਂ ਲਗਭਗ 60-65-70 ਵਾਰਡਾਂ ਦੇ ਵਿੱਚ ਅਸੀਂ ਪ੍ਰਦਰਸ਼ਨ ਵੀ ਕੀਤੇ। ਕਾਹਦੇ ਕੀਤੇ? ਸੀਵਰੇਜ ਦੀ ਸਮੱਸਿਆ, ਕੂੜੇ ਦੀ ਸਮੱਸਿਆ, ਗੰਦਗੀ ਦੀ ਸਮੱਸਿਆ, ਗੰਦੇ ਪਾਣੀ ਦੀ ਸਮੱਸਿਆ, ਪਾਣੀ ਨਾ ਆਉਣ ਦੀ ਸਮੱਸਿਆ, ਇਹ ਬੜੀਆਂ ਸਿੱਧੀਆਂ ਸਿੱਧੀਆਂ ਸਵੱਛਤਾ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦੇ ਉੱਤੇ ਅਸੀਂ ਪ੍ਰਦਰਸ਼ਨ ਕੀਤੇ। ਔਰ ਇਹਦਾ ਮਤਲਬ ਵੀ ਸ਼ਹਿਰ ਕਿੱਥੇ ਖੜਾ ਸਾਡਾ, ਅੱਜ ਸ਼ਹਿਰ, ਅੱਜ ਸਾਡਾ ਸ਼ਹਿਰ ਜਿਹੜਾ ਜਿਹਨੂੰ ਅਸੀਂ ਸਮਾਰਟ ਸਿਟੀ ਬਣਾਉਣ ਦਾ ਸੁਪਨਾ ਦੇਖ ਰਹੇ ਸੀ, ਉਹ ਸਾਡਾ ਸ਼ਹਿਰ ਬੜਾ ਪਿੱਛੇ ਜਾ ਰਿਹਾ। ਸਰ, ਇੱਕ ਐਨਜੀਟੀ ਨੇ 1,026 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਪੰਜਾਬ ਸਰਕਾਰ ਨੂੰ, ਔਰ ਕਿਤੇ ਨਾ ਕਿਤੇ ਕੂੜੇ ਦੀ ਡੰਪਿੰਗ ਨੂੰ ਲੈ ਕੇ ਇਹ ਮਾਮਲਾ ਸਾਰਾ ਸਾਹਮਣੇ ਆਇਆ, ਕਿਵੇਂ ਦੇਖਦੇ ਆ ਜੇ ਤੁਸੀਂ ਐਮਐਲਏ? ਦੇਖੋ ਮੇਰੀ ਗੱਲ ਸੁਣੋ, ਹਰ ਹਲਕੇ ਦੇ ਵਿੱਚ ਕੰਪੈਕਟਰ ਲੱਗ ਰਹੇ ਨੇ, ਬਹੁਤ ਫਾਸਲਾ, ਬਹੁਤ ਤੇਜ਼ੀ ਨਾਲ ਲੱਗ ਰਹੇ ਨੇ, ਕਿਉਂਕਿ ਕਾਫੀ ਦੇਰ ਪੁਰਾਣਾ ਜਿਹੜਾ ਕੰਮ ਚੱਲੇ ਆ ਰਿਹਾ ਸੀ ਉਹਨੂੰ ਸਮੂਦਲੀ ਕਰਨ ਵਾਸਤੇ ਟਾਈਮ ਤਾਂ ਲੱਗਦਾ, ਪਰ ਕਿਤੇ ਨਾ ਕਿਤੇ ਅੱਜ ਅਸੀਂ ਬਹੁਤ ਚੰਗੀ ਪੱਧਰ ਤੇ ਲੱਗੇ ਹੋਏ ਹਾਂ। ਤਕਰੀਬਨ ਮੈਂ ਆਪਣੇ ਹਲਕੇ ਦੀ ਗੱਲ ਕਰਨਾ ਜਾਂ ਲੁਧਿਆਣੇ ਸ਼ਹਿਰ ਦੀ ਗੱਲ ਕਰ ਲਵਾਂ, ਅੱਜ ਅਸੀਂ ਕੂੜੇ ਨੂੰ ਬਹੁਤ ਅੱਛੀ ਤਰ੍ਹਾਂ ਸੰਭਾਲਦੇ ਹਾਂ, ਕੋਈ ਵੀ ਦਿੱਕਤ ਨਹੀਂ ਆਉਂਦੇ ਰਹੇ, ਪਰ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਅਸੀਂ ਬਹੁਤ ਹੀ ਦਿਨਾਂ ਦੇ ਵਿੱਚ ਬਹੁਤ ਜਲਦੀ ਇਹਦਾ ਪ੍ਰੋਗਰੈਸ ਕਰਕੇ ਤੇ ਬਿਲਕੁਲ ਠੀਕ ਕਰ ਦਿਆਂਗੇ। ਪਹਿਲਾਂ 2,000 ਕਰੋੜ ਦਾ ਜੁਰਮਾਨਾ ਹੋਇਆ, ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਬੜੀ ਮੁਸ਼ਕਲ ਦੇ ਨਾਲ ਲਾਇਆ, ਜਾਂ ਉਹਨੂੰ ਲਾਉਣ ਦੇ ਵਿੱਚ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਨਹੀਂ, ਨੈਚੁਰਲੀ ਹੁੰਦਾ ਹੈ ਜੀ, ਪਰ ਕਿਤੇ ਨਾ ਕਿਤੇ ਅਸੀਂ ਬਹੁਤ ਫਾਸਲ ਲੱਗੇ ਹੋਏ ਹਾਂ, ਕੋਈ ਤੁਹਾਨੂੰ ਦਿੱਕਤ ਨਹੀਂ ਆਉਂਦੀ, ਤੁਹਾਡੇ ਸਾਹਮਣੇ ਹੋਏਗਾ, ਬਿਲਕੁਲ ਠੀਕ ਕਰ ਦਿਆਂਗੇ। ਬਿਲਕੁਲ, ਪਰ ਜਿਹੜਾ 1,026 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਜੀ, ਲੱਗਦਾ ਕਿਤੇ ਲੁਧਿਆਣੇ ਜ਼ਿਲ੍ਹੇ ਦਾ ਵੀ ਜ਼ਿਕਰ ਕੀਤਾ ਗਿਆ, ਤਾਂ ਕੂੜੇ ਦੀ ਸਮੱਸਿਆ ਕਿਤੇ ਨਾ ਕਿਤੇ ਅਹਿਮ ਹੈ, ਉਹ ਕਹਿੰਦੇ ਕਿ ਉਹਦੀ ਲਿਫਟਿੰਗ ਨਹੀਂ ਹੋ ਰਹੀ। ਮੈਂ ਉਹੀ ਕਹਿਣਾ ਵੀ ਸਾਡਾ ਅੱਜ ਟੋਟਲੀ ਸ਼ਹਿਰ ਦਾ ਝੂੜਾ, ਮੈਂ ਸਵੇਰੇ ਸਾਰਾ ਟੋਟਲ ਪਾਸੇ ਆਪ ਘੁੰਮਿਆ ਔਰ ਤਕਰੀਬਨ ਹਰ ਜਗ੍ਹਾ ਲਿਫਟਿੰਗ ਹੋ ਰਹੀ ਹੈ, ਕੋਈ ਦਿੱਕਤ ਨਹੀਂ ਆ ਰਹੀ, ਪਰ ਜਿੱਥੇ ਕੋਈ ਕਮਜ਼ੋਰੀ ਹੈਗੀ ਆ ਅਸੀਂ ਇਹਨੂੰ ਬਿਲਕੁਲ ਠੀਕ ਕਰ ਦੇਣਾ। ਟੈਂਡਰ ਨਹੀਂ ਪਾਏਗੇ ਕੀ ਮਤਲਬ? ਨਹੀਂ, ਐਕਚੁਅਲੀ ਮੈਨੂੰ ਜਿਸ ਮੈਂ ਤੁਹਾਨੂੰ ਕਹਾਂ, ਮੈਨੂੰ ਪੂਰੀ ਇਸ ਬਾਰੇ ਮੈਟਰ ਤੇ ਨੋਲੇਜ ਨਹੀਂ, ਕਮਿਸ਼ਨ ਵਾਲੇ ਦਿਓ, ਬੈਠਾਂਗੇ ਤੁਹਾਨੂੰ ਬਰੀਫ ਕਰ ਦੇਣਗੇ।